ਔਨ ਮੰਮੀ ਡੈਡੀ ਉਸਲੇ ਬੇਬੇ ਲਾਲਾ ਕਾਕਾ ਚਾਚਾ ਇਹ ਹੁੰਦਾ ਸਾ ਔਨ ਤੇ ਮੰਮੀ ਡੈਡੀ ਆ ਗਏ ਅੰਕਲ ਤੇ ਆਂਟੀ ਆਂਟੀ ਸ਼ੰਟੀ ਦਾ ਮੁੱਖ ਵੀ ਨਹੀਂ ਪਤਾ ਆਂਟੀ ਕੇ ਬਲਾ ਹੁੰਦੀ ਹੈ ਪਰ ਮੰਮੀ ਡੈਡੀ ਮੰਮੀ ਡੈਡੀ ਕਿਸ ਕਾ ਮਾਮਾ 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 ਕਿਸ ਕਾ ਤੇ ਮਾਊ ਕਾ ਤੇ ਮਾਮਾ ਪੀਊ ਕਾ ਤੇ ਪਾਪਾ ਆਲਾ ਉਹ ਪਾਪਾ ਅਸੀਂ ਤੇ ਚਾਹ ਨਾਲ ਖਾਣਾ ਦਾ ਰਸਾ ਕਾ ਤੇ ਅਸਾਂ ਪਾਪਾ ਔਰ ਇਹ ਪਾਪਾ ਆਖਣਾ ਕਿ ਪਾਪਾ ਕੁਝ ਹੋਰ ਪਾਪਾ ਨੇ ਕਲਾਇਆ ਪਤਾ ਨਹੀਂ ਕਿਹਜਾ ਪਾਪਾ ਜੀ ਜਿਸ ਤਰ੍ਹਾਂ ਕਰ ਬੇਸਿਕ ਕੰਟਰੋਲ ਨਹੀਂ ਜੀ ਕਿਹਜਾ ਪਾਪਾ ਜੀ ਆਲਾ ਇਹ ਪਾਪਾ ਹੀ ਮੰਮੀ ਡੈਡੀ ਵਾਲਾ ਕੰਮ ਚੜਿਆ ਜੀ ਮੁਕਣਾ ਚਾਹੀਦਾ ਆਲਾ ਹਾਂ ਇਸ ਨੂੰ ਮੁੱਝ ਖਰਾਬੀ ਬਣ ਦੁਨੀਆ ਵਿੱਚ ਬਹੁਤ ਬੜੀ ਖਰਾਬੀ ਕੀਤੀ ਜੀ ਆਲਾ ਇਹ ਦੇਖੋ ਤੁਸੀਂ ਮਤਲਬ ਇਧਰੋਂ ਯਾਰੀਆਂ ਲਾਣੇ ਉਧਰੋਂ ਜਿਹੜੇ ਉਹ ਫਿਰ ਐਕੀਦੋ ਦੇ ਖਾਨਦਾਨ ਦੁਸ਼ਮਣ ਆ ਜਾਂਦੇ ਫਿਰ ਗੋਲੀਆਂ ਤਾਂ ਗੱਲ ਆ ਜਾਂਦੀ ਹੈ ਫਿਰ ਦੋਈ ਗੱਲਾਂ ਤਾਂ ਇਹ ਗੱਲ ਵੀ ਕਰ ਸਾਂ ਕਿ ਇਹ ਵਿਆਹ ਸ਼ਾਦੀਆਂ ਵਿੱਚ ਜਿਹੜੇ ਢੋਲ ਧਮਾਕੜ ਤੇ ਫਿਰਨ ਇਹ ਨਹੀਂ ਹੋਣੀਆਂ ਚਾਹੀਦੀਆਂ ਜੀ ਨਹੀਂ ਜਾਣਾ ਇਸ ਵਿੱਚ ਕੀਮਤੀ ਜ਼ਾਇਆ ਹੋਗੀ ਇਸ ਦਾ ਵੀ ਅਸੀਂ ਗੌਰਮੈਂਟ ਕੋ ਇੰਤਜ਼ਾਮੀਆ ਕੋ ਇਸ ਦਾ ਸਖਤੀ ਨਾਲ ਪਾਬੰਦੀ ਕਰਨੀ ਚਾਹੀਦੀ ਹੈ ਔਰ ਸਖਤੀ ਕੇ ਰੱਖਣੀ ਚਾਹੀਦੀ ਹੈ ਇਹ ਫਿਰਨ ਵਾਲਾ ਸਿਲਸਿਲਾ ਵੀ ਬੰਦ ਹੋਵੇ ਠੀਕ ਹੈ ਜੀ ਮਹਿੰਗਾਈ ਕੇ ਕਰਦੀ ਹੈ ਹਾਂ ਜੀ ਦੁਨੀਆ ਭੁੱਖਾ ਦੇ ਅਜ਼ਾਬਾਂ ਨਾਲ ਮਰਦੀ ਹੈ ਇਧਰੋਂ ਮੰਮੀ ਡੈਡੀ ਵਾਲਾ ਚੱਕਰ ਲੱਗੇ ਮੰਮੀ ਡੈਡੀ ਵਾਲਾ ਖਤਮ ਹੋਣਾ ਚਾਹੀਦਾ ਜੀ ਮੋਬਾਈਲ ਕੋ ਖਤਮ ਕਰਨਾ ਮਤਲਬ ਮੰਮੀ ਡੈਡੀ ਜਗ੍ਹਾ ਕਿਆ ਹਨ ਸਿੱਧੀ ਤਰ੍ਹਾਂ ਹੁਣ ਬੇਬੇ ਆਖਣ ਮਾਏ ਆਖਣ ਅਮੀ ਆਖਣ ਅਬਾ ਆਖਣ ਉਹਨਾਂ ਡਬਰ ਡੈਡੀ ਦਾ ਮਤਲਬ ਕੀ ਹੈ ਜੀ ਡੈਡੀ ਪੀਓ ਕੋ ਡੈਡੀ ਆਖਣ ਨਾ ਜੀ ਹਾਲਤ ਹੈ ਮੰਮੀ ਮਾਓ ਕੋ ਮੰਮੀ ਮੰਮੀ ਕਿਸ਼ੇ ਹੋ ਗਈ ਜਾਂ ਮਮਾ ਤੇ ਜਾਂ ਮੰਮੀ ਉਹ ਮਮਾ ਕਿਸ ਕਿਸ਼ੇ ਹੁੰਦੀ ਆ ਸੀ ਕਿਸੇ ਆਣਾ ਮਮਾ ਜੀ ਅੱਜ ਤੇ ਵੇਲੇ ਚ ਆਤੇ ਸੇ ਬੇਬੇ ਬੇਬੇ ਕਿੰਨਾ ਪਿਆਰਾ ਲੱਗਦਾ ਸੀ ਚਾਚਾ ਲਾਲਾ ਲੱਤ ਮਾਰੋ ਦੰਦੀ ਤੇ ਤਲਾ ਜੁਲਾ ਕਰ ਖਾ ਲਾ ਰੇ ਇਸ ਕੀਤਾ ਕੇ ਹੁਣ ਆਖਦੇ ਨੇ ਇਸ ਕੀਤਾ ਕੇ ਅੱਛਾ ਮੰਮੀ ਡੈਡੀ ਕੀਤਾ ਕੇ ਜਣੇ ਹੋਰ ਅਸੀਂ ਕੀ ਕਰਾਂ ਕੁੜੀਆਂ ਉਰਦੂ ਬੋਲਣ ਲੱਗੀਆਂ ਜਨਕਾਂ ਨਾਲ ਇਹ ਕੀ ਮਾਮਲਾ ਹੋ ਗਿਆ ਯਾਰ ਜੀ ਉਰਦੂ ਸ਼ੁਰਦੂ ਅਸਾਂ ਨਹੀਂ ਆਉਂਦੀ ਅਸੀਂ ਸਿੱਧੀ ਹਨਕੋ ਜ਼ਬਾਨ ਹੈ ਸਾਰੇ ਵਾਲ ਲੋਕ ਹਾਂ ਤੇ ਅਸਾਂ ਉਰਦੂਆਂ ਸ਼ੁਰਦੂਆਂ ਦਾ ਨਹੀਂ ਆਉਂਦੀਆਂ ਜੀ ਠੀਕ ਹੈ ਅਸੀਂ ਕੌਮੀ ਜ਼ਬਾਨ ਹੈ ਪਰ ਅਸਾਂ ਕਦੇ ਕੀਤੀ ਨਹੀਂ ਉਰਦੂ ਆਉਂਦੀ ਨਹੀਂ ਤੇ ਇਹ ਗੱਲ ਹੈ ਜੀ ਬਸ।